ਜੀ ਬਿਲਕੁਲ। ਤੇ ਅਗਲੀ ਜਿਹੜੀ ਖਬਰ ਆ ਉਹ ਇਸੇ ਤਰ੍ਹਾਂ ਜੰਗ ਦੇ ਜਿਹੜੇ ਝੰਬੇ ਹਾਲਾਤ ਨੇ, ਹਾਲਾਤ ਦੇ ਮਾਰੇ ਲੋਕ ਨੇ ਉਹਨਾਂ ਦੀ ਆ ਰਹੀ ਹੈ। ਰਸ਼ੀਆ ਤੇ ਯੂਕਰੇਨ ਦੀ ਜੇ ਗੱਲ ਕਰੀਏ ਤਾਂ ਜਿਹੜੇ ਰਸ਼ੀਆ ਵੱਲੋਂ ਤਾਜ਼ਾ ਹਮਲੇ ਨੂੰ ਅੰਜਾਮ ਦਿੱਤਾ ਗਿਆ ਹੈ ਖਾਰਕਿਵ ਦੇ ਇਲਾਕਿਆਂ ਦੇ ਵਿੱਚ, ਜਿਹੜਾ ਕਿ ਯੂਕਰੇਨ ਦਾ ਸਿਟੀ ਹੈ ਇੱਕ, ਉੱਥੇ ਇੱਕ ਪਲੇਗਰਾਉਂਡ ਨੂੰ ਹਿੱਟ ਕਰ ਗਏ ਹੈ ਇਹਨਾਂ ਦੇ ਜਿਹੜੇ ਹਮਲੇ ਨੇ, ਹਵਾਈ ਹਮਲੇ। 14 ਸਾਲ ਦੀ ਇੱਕ ਬੱਚੀ ਸਮੇਤ 6 ਜਾਣੇ ਜਿਹੜੇ ਨੇ ਉਹ ਮਾਰੇ ਗਏ ਨੇ, ਤਕਰੀਬਨ 60 ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ। ਇੱਕ 12 ਸਟੋਰੀ ਰੈਜ਼ੀਡੈਂਸ਼ੀਅਲ ਬਿਲਡਿੰਗ ਦੇ ਨੇੜੇ ਇਹ ਜਿਹੜਾ ਧਮਾਕਾ ਹੋਇਆ ਸੀਗਾ, ਜਿਹੜਾ ਕਿ ਬਿਲਕੁਲ ਕਲੋਜ਼ ਪੈਂਦਾ ਰਸ਼ੀਅਨ ਬਾਰਡਰ ਦੇ। ਜਿਹੜੀਆਂ ਤਸਵੀਰਾਂ ਨੇ ਜਾਂ ਹੋਰ ਜਿਹੜੀ ਉੱਥੋਂ ਫੁਟੇਜ ਆ ਰਹੀ ਹੈ ਉਹਦੇ ਵਿੱਚ ਇਹ ਦੇਖ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਿਲਡਿੰਗ ਦੇ ਨੇੜੇ ਜਿਹੜੇ ਫਾਇਰ ਫਾਈਟਰਸ ਨੇ ਉਹ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਮਸ਼ਕਤ ਜਿਹੜੀ ਆ ਉਹ ਕਰ ਰਹੇ ਨੇ। ਇਹ ਅਟੈਕ ਕਹਿੰਦੇ ਉਦੋਂ ਹੋਇਆ ਰਸ਼ੀਆ ਦੇ ਵੱਲੋਂ ਜਦੋਂ ਜਲੈਂਸਕੀ ਜਿਹੜੇ ਨੇ ਉਹਨਾਂ ਨੇ ਡਿਸਮਿਸ ਕੀਤਾ ਸੀਗਾ ਜਿਹੜਾ ਹੈੱਡ ਆ ਉਹਨਾਂ ਦੀ ਏਅਰਫੋਰਸ ਦਾ, ਲੈਫਟੀਨੈਂਟ ਜਨਰਲ ਮੈਕੋਲਾ ਔਲਟਨਿਚ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਿਹੜਾ ਖਾਰਕੀਵ ਹੈ ਉਹ ਯੂਕਰੇਨ ਦਾ ਦੂਜਾ ਲਾਰਜ ਵੱਡਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਇਹ 35 ਕਿਲੋਮੀਟਰ 22 ਮੀਲਾਂ ਦੂਰ ਹੈ ਰਸ਼ੀਅਨ ਬਾਰਡਰ ਤੋਂ। ਤੇ ਹੁਣ ਤੱਕ ਜਿਹੜਾ ਇਹਦੇ ਵਿੱਚ ਰਸ਼ੀਆ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਸ਼ਹਿਰ ਨੂੰ ਆਪਣੇ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਕਿ ਜਿਹੜੀਆਂ ਹੋਰ ਵੀ ਤਸਵੀਰਾਂ ਇਸ ਹਮਲੇ ਤੋਂ ਬਾਅਦ ਆ ਰਹੀਆਂ ਨੇ, ਫੁਟੇਜ ਆ ਰਹੀ ਹੈ ਉਹਦੇ ਵਿੱਚ ਇਹ ਦੇਖਿਆ ਜਾ ਰਿਹਾ। ਪਰ ਬਹੁਤ ਮੰਦਭਾਗੀ ਘਟਨਾ ਇਹ ਵਾਪਰੀ ਕਿ ਰਸ਼ੀਆ ਨੇ ਇਹਨਾਂ ਜਦੋਂ ਹਮਲਿਆਂ ਨੂੰ ਅੰਜਾਮ ਦਿੱਤਾ ਤਾਂ ਉਹਨਾਂ ਨੇ ਇਹ ਵੀ ਨਹੀਂ ਦੇਖਿਆ, ਫੋਰਸਿਸ ਨੇ ਵੀ ਅਸੀਂ ਜਿਹੜਾ ਹਮਲਾ ਕਰਨ ਜਾ ਰਹੇ ਹਾਂ ਉੱਥੇ ਪਲੇਗਰਾਉਂਡ ਆ ਤੇ ਉੱਥੇ ਬੱਚੇ ਖੇਡ ਰਹੇ ਹੋਣਗੇ। ਇੱਕ ਪਲੇਗਰਾਉਂਡ ਤੇ ਇੱਕ ਰਹਾਇਸ਼ੀ ਬਿਲਡਿੰਗ ਨੂੰ ਜਦੋਂ ਨਿਸ਼ਾਨਾ ਬਣਾ ਕੇ ਇਹ ਹਵਾਈ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਤਾਂ ਇੱਕ 14 ਸਾਲ ਦੀ ਬੱਚੀ ਤੇ 6 ਹੋਰ ਮੌਤਾਂ ਹੋਈਆਂ ਤੇ 60 ਤੋਂ ਵੱਧ ਬੰਦੇ ਜ਼ਖਮੀ ਹੋਏ। ਜੀ, ਕੈਲੀਫੋਰਨੀਆ ਦੇ ਵਿੱਚ ਗਵਰਨਰ ਨਿਊਸਮ ਸੋਚ ਰਹੇ ਸੀਗੇ ਵੀ ਆਇਲ ਤੇ ਗੈਸ ਇੰਡਸਟਰੀ ਦੇ ਉੱਤੇ ਨਵੀਆਂ ਰੈਗੂਲੇਸ਼ਨ ਲਾਉਣ ਦੇ ਲਈ ਇੱਕ ਵਿਸ਼ੇਸ਼ ਸਦਨ ਦਾ ਸੈਸ਼ਨ ਜਿਹੜਾ ਉਹ ਸੱਦਿਆ ਜਾਵੇ। ਰੋਬਰਟ ਰੀਵਾਸ ਜੋ ਕਿ ਅਸੈਂਬਲੀ ਸਪੀਕਰ ਨੇ ਕੈਲੀਫੋਰਨੀਆ ਦੇ, ਉਹਨਾਂ ਨੇ ਅੱਜ ਇਸ਼ਾਰਾ ਕੀਤਾ ਆ ਵੀ ਇਸ ਪਾਸੇ ਵੱਲ ਨੂੰ ਓਪਨ ਜ਼ਰੂਰ ਹੈਗੇ ਨੇ, ਪਰ ਕਹਿੰਦੇ ਵੀ ਕੈਲੀਫੋਰਨੀਆ ਦੀ ਅਸੈਂਬਲੀ ਇਸ ਜਿਹੜੇ ਸਪੈਸ਼ਲ ਲੈਜਿਸਲੇਸ਼ਨ ਨੂੰ ਲੈ ਕੇ ਐਕਟ ਉਸ ਦੇ ਉੱਤੇ ਨਹੀਂ ਕਰੇਗੀ। ਸੋ ਅਸੈਂਬਲੀ ਨੇ ਕਹਿੰਦੇ ਵੀ ਉਹ ਰੈਡੀ ਨੇ ਵੀ ਜਿਹੜੇ ਸਕਾਈ ਰੋਕਟਿੰਗ ਪ੍ਰਾਈਸਿਸ ਆ ਵੀ ਬਹੁਤ ਤੇਜ਼ੀ ਦੇ ਨਾਲ ਪੰਪ ਦੇ ਉੱਤੇ ਗੈਸ ਦੇ ਪ੍ਰਾਈਸਿਸ ਵਧੇ ਆ ਤੇ ਮੰਥਲੀ ਜਿਹੜੇ ਐਨਰਜੀ ਬਿੱਲਸ ਆ ਉਹਨਾਂ ਨੂੰ ਘਟਾਇਆ ਜਿਹੜਾ ਹੋ ਜਾਵੇ। ਕਹਿੰਦੇ ਵੀ ਅਸੀਂ ਅਫੋਰਡੇਬਿਲਟੀ ਲੈਜਿਸਲੇਟਿਵ ਪ੍ਰਪੋਜ਼ਲ ਆਲਰੇਡੀ ਜੂਨ ਦੇ ਵਿੱਚ ਸ਼ੇਅਰ ਕੀਤਾ ਆ, ਅਸੀਂ ਸੇਮ ਪੇਜ 'ਤੇ ਹਾਂ ਗਵਰਨਰ ਦੇ ਨਾਲ ਵੀ ਇਸ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਹੋਣਾ ਚਾਹੀਦਾ ਆ। ਗਵਰਨਰ ਨੇ ਕਾਲ ਕੀਤਾ ਆ ਸਪੈਸ਼ਲ ਸੈਸ਼ਨ, ਅਸੀਂ ਕਹਿੰਦੇ ਵੀ ਕੰਮ ਕਰਾਂਗੇ, ਰਿਜ਼ਲਟ ਜਿਹੜੇ ਡਿਲੀਵਰ ਕਰਾਂਗੇ, ਪਰ ਕਹਿੰਦੇ ਵੀ ਮੈਂ ਪੁਸ਼ ਨਹੀਂ ਕਰੂੰਗਾ ਉਹਨਾਂ ਬਿੱਲਸ ਨੂੰ ਜਿਨ੍ਹਾਂ ਨੂੰ ਚੱਜ ਦੇ ਨਾਲ ਅਜੇ ਤੱਕ ਅਸੈਂਬਲੀ ਮੈਂਬਰਸ ਦੇ ਦੁਆਰਾ, ਲਾਅ ਮੇਕਰਸ ਦੇ ਦੁਆਰਾ ਵੈਟ ਨਹੀਂ ਕੀਤਾ ਗਿਆ ਆ ਤੇ ਜਾਂ ਉਹਦੀਆਂ ਪਬਲਿਕ ਹੀਅਰਿੰਗਸ ਨਹੀਂ ਹੋਈਆਂ। ਸੋ ਕਹਿੰਦੇ ਵੀ ਇੱਦਾਂ ਕਰਨ ਦੇ ਨਾਲ ਕੈਲੀਫੋਰਨੀਆ ਦੇ ਲੋਕਾਂ ਦੀਆਂ ਜੇਬਾਂ ਦੇ ਉੱਤੇ